ਛੋਟੀ ਬੰਸਾ ਹੈ, ਇਹ ਸਾਡੀ ਬੰਸਾ ਵੀ ਜਿਹੜੀ ਹੈ ਉਹ ਰਾਮ ਚੰਦਰ ਜੀ ਦੇ ਵੱਡੇ ਪੁੱਤਰ ਲਓ ਦੇ ਨਾਲ ਜਾ ਕੇ ਜੁੜੀ। ਇਸ ਗੱਲ 'ਤੇ ਗੁਰੂ ਸਾਹਿਬ ਨੇ ਆਪ ਲਿਖਿਆ, ਉਹ 'ਚ ਮੈਂ ਕਿਸੇ ਦੀ ਕੋਈ ਗੱਲ ਨਹੀਂ। ਅਯੁੱਧਿਆ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਮੌਕੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੱਲੋਂ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਚੰਦਰ ਦੇ ਲਵ ਕੁਸ਼ ਦੇ ਵੰਸ਼ਜ ਆ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਗਈ। ਇਸ ਬਿਆਨ ਤੋਂ ਬਾਅਦ ਇਕਬਾਲ ਸਿੰਘ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਬਿਆਨ 'ਤੇ ਅੱਜ ਵੀ ਕਾਇਮ ਨੇ। ਉਹਨਾਂ ਕਿਹਾ ਕਿ ਜੋ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਆਪਣੀ ਬੰਸਾਵਲੀ ਨਾਮਾ ਲਿਖਿਆ ਹੈ, ਉਸੇ ਬੰਸਾਵਲੀ ਨਾਮੇ ਅਨੁਸਾਰ ਉਹਨਾਂ ਦਾ ਸੋਢੀ ਵੰਸ਼ ਹੈ। ਇਕਬਾਲ ਸਿੰਘ ਨੇ ਕਿਹਾ ਕਿ ਜੋ ਗੁਰੂ ਸਾਹਿਬ ਨੇ ਲਿਖਿਆ ਹੈ ਮੈਂ ਸਿਰਫ ਉਹੀ ਬੋਲਿਆ। ਇੱਕ ਸਿੰਘ ਸਾਹਿਬ, ਉੱਥੇ ਤੁਸੀਂ ਇੱਕ ਟੀ ਵੀ ਚੈਨਲ 'ਤੇ ਬਿਆਨ ਦਿੱਤਾ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਲਵ ਕੁਸ਼ ਦੇ ਵੰਸ਼ਜ ਨੇ। ਦੇਖੋ, ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਪ ਖੁਦ ਲਿਖਿਆ ਹੈ ਵੀ ਸਾਡੀ ਜਿਹੜੀ ਸੋਢੀ ਵੰਸ਼ ਹੈ, ਇਹ ਸਾਡੀ ਵੰਸ਼ਾਵਲੀ ਜਿਹੜੀ ਹੈ ਉਹ ਰਾਮ ਚੰਦਰ ਜੀ ਦੇ ਵੱਡੇ ਪੁੱਤਰ ਲਓ ਦੇ ਨਾਲ ਜਾ ਕੇ ਜੁੜਦੀ। ਲਵ ਤੋਂ ਇਹ ਆਰੰਭ ਹੁੰਦੀ ਹੈ, ਉੱਥੇ ਸਾਡੀ ਵੰਸ਼ਾਵਲੀ ਜੁੜਦੀ ਅਤੇ ਉਹ ਇਸ ਗੱਲ 'ਤੇ ਗੁਰੂ ਸਾਹਿਬ ਨੇ ਆਪ ਲਿਖਿਆ, ਉਹ 'ਚ ਮੈਂ ਕਿਸੇ ਦੀ ਕੋਈ ਗੱਲ ਨਹੀਂ। ਅਤੇ ਜਿਹੜੇ ਲੋਕ ਪੜ੍ਹੇ ਲਿਖੇ ਨੇ, ਜਿਹੜੇ ਸਮਝਦਾਰ ਨੇ, ਜਿਨ੍ਹਾਂ ਨੂੰ ਸੋਝੀ, ਉਹ ਕੋਈ ਨਹੀਂ ਬੋਲਦਾ। ਜਿਨ੍ਹਾਂ ਨੂੰ ਪਤਾ ਨਹੀਂ ਹੈ, ਜਿਨ੍ਹਾਂ ਨੂੰ ਉਹ ਬੋਲਦੇ ਆ, ਕਈ ਆਪਦੀ ਮਸ਼ਹੂਰੀ ਵਾਸਤੇ ਬੋਲਦੇ ਨੇ, ਕਈ ਪੈਸਿਆਂ ਦੇ ਲਾਲਚ ਨੂੰ ਬੋਲਦੇ ਨੇ, ਉਹ ਕਈ ਤਰ੍ਹਾਂ ਦੇ ਲੋਕ ਬੋਲਣ ਵਾਲੇ ਹੈਗੇ ਨੇ। ਪਰ ਇਸ ਗੱਲ ਨੂੰ ਜਿਹੜਾ ਦਸਮ ਪਾਤਸ਼ਾਹ ਦੀ ਬਾਣੀ 'ਤੇ ਕਿੰਤੂ ਪਰੰਤੂ ਕਰਨਾ ਜਿਹੜਾ ਹੈ ਨਾ, ਇਹ ਬੋਲਣਾ ਬਹੁਤ ਗਲਤ ਹੈ। ਪਰ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਦਸਮ ਗ੍ਰੰਥ ਦਾ ਕਰ ਰਹੇ ਹੋ, ਪਰ ਦਸਮ ਗ੍ਰੰਥ ਨੂੰ SGPC ਜਾਂ ਅਕਾਲ ਤਖ਼ਤ ਸਾਹਿਬ ਤਾਂ ਮਾਨਤਾ ਹੀ ਨਹੀਂ ਦਿੰਦੇ। ਕੋਈ ਮਾਨਤਾ, ਕੋਈ ਮਾਨਤਾ ਦਿੰਦੇ? ਜੇ ਮਾਨਤਾ ਦਿੰਦੇ ਆ ਤਾਂ ਹੀ ਤਾਂ ਦਰਸ਼ਨ ਸਿੰਘ ਰਾਜ ਨੂੰ ਸਿੱਖਿਆ ਅਕਾਲ ਤਖ਼ਤ ਤੋਂ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਰਿਆਦਾ ਚਲਾਈ ਹੈ। ਤਾਂ ਉਹਨਾਂ ਦੀ ਜੋ ਬਾਣੀ ਹੈ, ਉਸ ਬਾਣੀ 'ਤੇ ਜਿਹੜਾ ਸਿੱਖ ਕਿੰਤੂ ਕਰਦਾ ਹੈ ਉਹ ਕਿਵੇਂ ਸਿੱਖ ਹੋ ਸਕਦਾ? ਇਸ ਕਰਕੇ ਉਸ 'ਤੇ ਤਾਂ ਸਵਾਲ ਪੈਦਾ ਹੀ ਨਹੀਂ ਹੋ ਸਕਦਾ, ਕਿਉਂਕਿ ਦਸਮ ਪਾਤਸ਼ਾਹ ਦੀ ਬਾਣੀ ਹੁਣ ਕਿਸੇ ਨੇ ਮਾਨਤਾ ਥੋੜ੍ਹੀ ਦੇਣੀ ਹੈ। ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਵਿਦਵਾਨ ਨੇ, ਜਿਹੜੇ ਪੜ੍ਹੇ ਲਿਖੇ ਨੇ, ਉਹ ਕੋਈ ਅੱਛਾ ਬਿਆਨ ਨਹੀਂ ਦੇ ਰਿਹਾ। ਅਤੇ ਜੇ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਨੂੰ ਮਾਨਤਾ ਹੈ ਤਾਂ ਹੀ ਦਰਸ਼ਨ ਸਿੰਘ ਰਾਜ ਨੂੰ ਸਿੱਖਿਆ ਗਿਆ ਅਕਾਲ ਤਖ਼ਤ ਸਾਹਿਬ ਨੂੰ, ਦਸਮ ਗ੍ਰੰਥ ਦੇ ਵਿਰੁੱਧ ਬੋਲਣ ਕਰਕੇ ਉਹਨੂੰ ਛਿੱਕਿਆ ਗਿਆ। ਇਸ ਵਾਸਤੇ ਜਿਹੜੇ ਵੀ ਵਿਰੁੱਧ ਬੋਲਦੇ ਉਹਨਾਂ ਨੂੰ ਛਿੱਕਿਆ ਜਾਂਦਾ, ਅਕਾਲ ਤਖ਼ਤ ਸਾਹਿਬ ਨੂੰ ਛਿੱਕਿਆ ਗਿਆ। ਇਸ ਵਾਸਤੇ ਇਹ ਤਾਂ ਗੱਲ ਬਿਲਕੁਲ ਗਲਤ ਹੈ। ਫਿਰ ਦੂਜੀ ਗੱਲ ਇਹ ਹੈ ਵੀ ਇਸ ਵਕਤ ਤਾਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਜਿਹੜੇ ਪੈਦਾ ਗਏ ਹਰਪੀ ਸਿੰਘ ਸਿੰਘ ਸਾਹਿਬ ਬਹੁਤ ਪੜ੍ਹੇ ਲਿਖੇ ਵਿਦਵਾਨ ਹੈ ਅਤੇ ਬਹੁਤ ਸੋਹਣੇ ਢੰਗ ਦੇ ਨਾਲ ਉਹ ਸਾਰਾ ਜਿਹੜਾ ਪ੍ਰਬੰਧ ਹੈ ਕੌਮ ਦੀ ਅਗਵਾਈ ਕਰ ਰਹੇ ਨੇ, ਸਾਰੇ ਪ੍ਰਬੰਧ ਚਲਾ ਰਹੇ ਨੇ ਅਤੇ ਇਸ ਗੱਲ ਦਾ ਸਾਨੂੰ ਇਹ ਮਾਣ ਹੈ ਕੌਮ ਦੀ ਇਸ ਗੱਲ 'ਤੇ ਉਹਨਾਂ ਦੇ ਅਤੇ ਉਹ ਸਾਰਾ ਜਿਹੜਾ ਬਹੁਤ ਸੋਹਣੇ ਢੰਗ ਦੇ ਨਾਲ ਦੇਖ ਰਹੇ। ਤੁਸੀਂ ਕਿਹਾ ਕਿ ਕੋਈ ਵੀ ਵਿਦਵਾਨ ਨਹੀਂ ਬੋਲ ਰਿਹਾ, ਸਿਰਫ ਜਿਹੜੇ ਲੋਕ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹ ਬੋਲ ਰਹੇ, ਪਰ ਤੁਹਾਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਵੀ ਕੋਈ ਤੁਹਾਡੇ ਇਸ ਬਿਆਨ ਬਾਰੇ ਨਹੀਂ ਬੋਲੇਗਾ? ਦੇਖੋ, ਲੋਕ ਤਾਂ ਗੁਰੂ ਸਾਹਿਬ ਦੇ ਟਾਈਮ ਬੋਲਦੇ ਰਹੇ ਆ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਹੁੰਦੇ ਆ ਉਹਨਾਂ ਦੇ ਖਿਲਾਫ਼ ਬੋਲਦੇ ਰਹੇ ਆ, ਅਤੇ ਲੋਕਾਂ ਦੇ ਕਿਹੜੀ ਗੱਲ ਹੈ? ਲੋਕ ਤਾਂ ਸਮੇਸ਼ ਹੁੰਦੇ ਹੀ ਨੇ, ਵਿਰੋਧੀ ਤਾਂ ਹਮੇਸ਼ਾ ਹੀ ਹੁੰਦੇ ਨੇ। ਜਿੰਨੇ ਜਿੰਨੇ ਮਹਾਂਪੁਰਸ਼ ਹੈ, ਬੜੇ ਬੜੇ ਮਹਾਂਪੁਰਸ਼ਾਂ ਦੇ ਲੋਕਾਂ ਨੇ ਬੜੇ ਬੜੇ ਇਲਜ਼ਾਮ ਲਗਾਏ, ਐਸੀ ਕੋਈ ਗੱਲ ਨਹੀਂ ਹੈ। ਲੋਕਾਂ ਤੋਂ ਬੋਲ, ਲੋਕਾਂ ਨੂੰ ਚੁੱਪ ਨਹੀਂ ਕਰ ਸਕਦਾ, ਨਾ ਕੋਈ ਕੁਛ ਕਰ ਸਕਦਾ। ਇਹਦਾ ਗੱਲ ਤਾਂ ਸਾਡੀ ਸਿੱਖਾਂ ਦੀ, ਜਿਹੜੇ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ, ਉਹ ਕੋਈ ਨਹੀਂ ਬੋਲੇਗਾ। ਜਿਹਨਾਂ ਨੂੰ ਕੋਈ ਸਵਾਰਥ ਹੈ, ਮਤਲਬ ਹੈ, ਜਿਹਨਾਂ ਨੂੰ ਸਿੱਖੀ ਨਾਲ ਮਤਲਬ ਨਹੀਂ ਹੈ, ਜਿਹੜੇ ਦਿਖਾਵੇ ਦੇ ਸਿੱਖ ਬਣੇ ਆ, ਸਿੱਖੀ ਨਾਲ ਮਤਲਬ ਜੋ ਜੋ ਮੰਨ। ਇੱਥੇ ਦੱਸਦੀ ਕਿ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨੀ ਸਮਾਗਮ 'ਚ ਪਹੁੰਚੇ ਸਾਬਕਾ ਜਥੇਦਾਰ ਨੇ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਸ਼ਰਥ ਪੁੱਤਰ ਰਾਮ ਦੇ ਪੁੱਤਰਾਂ ਦੇ ਵੰਸ਼ਜ ਦੱਸ ਦਿੱਤਾ ਸੀ। ਇਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ, ਸੁਰਖਾਬ TV। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ TV। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ TV ਵੀ ਲਾਈਕ ਤੇ ਫੋਲੋ ਕਰ ਲਓ।